ਸੱਚਾ ਦੁੱਧ ਤਖਤ ਸਿਰ ਸ਼ਾਹ ਪਾਤਸ਼ਾਹ ਨਿਚਲ ਚਾਰ ਛੱਤ ਵੱਡਾ ਤੇਰਾ ਦਰਬਾਰ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਸ਼ਾਹ ਪਾਤਸ਼ਾਹ ਨਿਚਲ ਚਾਰ ਛੱਤ ਵੱਡਾ ਤੇਰਾ ਦਰਬਾਰ ਪਾਰ ਬ੍ਰਹਮ ਸੋਈ ਸੱਚ ਨਿਆ ਜੋ ਭਾਵੇਂ ਪਾਰ ਬ੍ਰਹਮ ਸੋਈ ਸੱਚ ਨਿਆ ਜੇ ਭਾਵੇਂ ਪਾਰ ਬ੍ਰਹਮ ਨਿਥਾਵੇਂ ਮਿਲੇ ਥਾਂ ਜੇ ਭਾਵੇਂ ਪਾਰ ਬ੍ਰਹਮ ਨਿਤਾਵੇਂ ਮਿਲੇ ਥਾਂ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਸ਼ਾਹ ਪਾਤਸ਼ਾਹ ਨਿਚਲ ਚਾਰ ਛੱਤ ਵੱਡਾ ਤੇਰਾ ਦਰਬਾਰ ਜੋ ਕਿਨੀ ਕਰਤਾਰ ਸਾਈ ਭਲੀ ਗੱਲ ਜਿਨੀ ਪਛਾਤਾ ਖਸਮ ਸੇ ਦਰਗਾਹ ਮਲ ਜਿਨੀ ਪਛਾਤਾ ਖਸਮ ਸੇ ਦਰਗਾਹ ਮਲ ਵੱਡਾ ਤੇਰਾ ਦਰਬਾਰ ਸੱਚਾ ਤੁਧ
ਸਿਰ ਸ਼ਾਹ ਪਾਤਸ਼ਾਹ ਨੇ ਚਲ ਚਾਰ ਛੱਤ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਸ਼ਾਹ ਪਾਤਸ਼ਾਹ ਨੇ ਚਲ ਚਾਰ ਨੇ ਚਲ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਸ਼ਾਹ ਪਾਤਸ਼ਾਹ ਨੇ ਚਲ ਚਾਰ ਛੱਤ ਵੱਡਾ ਤੇਰਾ ਦਰਬਾਰ ਸਹੀ ਤੇਰਾ ਫੁਰਮਾਨ ਕਿਨੇ ਨਫੇਰੀ ਸਹੀ ਤੇਰਾ ਫੁਰਮਾਨ ਕਿਨੇ ਨਫੇਰੀ ਸਹੀ ਤੇਰਾ ਫੁਰਮਾਨ ਕਿਨੇ ਨਫੇਰੀ ਤੇਰਾ ਫੁਰਮਾਨ ਕਿਨੇ ਨਫੇਰੀਏ ਕਾਰਨ ਕਰਨ ਕਰੀਮ ਕੁਦਰਤ ਤੇਰੀ ਹੈ ਕਾਰਨ ਕਰਨ ਕਰੀਮ ਕੁਦਰਤ ਤੇਰੀ ਹੈ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਸ਼ਾਹ ਪਾਤਸ਼ਾਹ ਨੇ ਚਲ ਚਾਰ ਛੱਤ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਸ਼ਾਹ ਪਾਤਸ਼ਾਹ ਨੇ ਚਲ ਚਾਰ ਛੱਤ ਵੱਡਾ ਤੇਰਾ ਦਰਬਾਰ ਅਤੂਚਾ ਤਾਂ ਕਾ ਦਰਬਾਰਾ ਅੰਤ ਨਹੀਂ ਕਿਛ ਪਾਰਾ ਵਾਰਾ ਮੇਰੇ ਰਾਮ ਹੋ ਸੋ ਥਾਨ ਭਾਲਣ ਆਇਆ ਅਤ ਉੱਚਾ ਤਾਂ ਕਾ ਦਰਬਾਰਾ
ਤੀਰਥ ਜਾਉ ਤਾਂ ਕਰਤੇ ਪੰਡਿਤ ਪੁੱਛੋ ਤੋ ਮਾਇਆ ਰਾਤੇ ਸੋ ਅਸਤਾਨ ਬਤਾਵੋ ਬੀਤਾ ਜਾ ਕੇ ਹਰ ਹਰ ਕੀਰਤਨ ਨੀਤਾ ਵੱਡਾ ਤੇਰਾ ਦਰਬਾਰ ਡਿੱਠੇ ਸਭੇ ਥਾਂ ਨਹੀਂ ਤੂੰ ਦੂਜੇ ਹੀ ਆ ਬਦੋਂ ਪੁਰਖ ਵਿਧਾਤੇ ਤਾਂ ਤੂੰ ਸੋਹਿਆ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਵੱਡੀਓਂ ਵੱਡਾ ਅਪਾਰ ਤੇਰਾ ਮਰਤਬਾ ਰੰਗ ਬਰੰਗ ਅਨੇਕ ਨਜਾਪਨ ਕਰਤਬਾ ਜੀਆਂ ਅੰਦਰ ਜੀ ਸਭ ਕਿਛ ਜਾਣ ਲਾ ਸਭ ਕਿਛ ਤੇਰੇ ਵਸ ਤੇਰਾ ਘਰ ਭਲਾ ਤੇਰੇ ਘਰ ਆਨੰਦ ਵਧਾਈ ਤੁਧ ਘਰ ਮਾਨ ਮਹਤਾ ਤੇਜ ਆਪਣਾ ਆਪ ਜਰ ਸਰਬ ਕਲਾ ਭਰਪੂਰ ਦੀਸੈ ਜਤ ਕਤਾ ਸਤਿਗੁਰ ਸੱਚਾ ਪਾਤਸ਼ਾਹ ਕੂੜੇ ਬਾਦਸ਼ਾਹ ਦੁਨੀਆ ਵੇ ਸਤਿਗੁਰ ਨਾਥਾ ਨਾਥ ਹੈ ਹੋਏ ਨਵਨਾਥ ਅਨਾਥ ਨਿਥਾਵੇਂ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਸ਼ਾਹ ਪਾਤਸ਼ਾਹ ਨੇ ਚਲ ਚੌਰ ਛੱਤ ਵੱਡਾ ਤੇਰਾ ਦਰਬਾਰ ਵੱਡਾ ਤੇਰਾ ਦਰਬਾਰ ਸੱਚ ਤੇਰੀ ਸਮਗਰੀ ਸੱਚ ਤੇਰਾ ਦਰਬਾਰ ਸੱਚ ਤੇਰੇ ਖਜ਼ਾਨਿਆਂ ਸੱਚ ਤੇਰਾ ਪਾਸਾਰਾ ਕੇਤੇ ਇੰਦਰ ਦੁਆਰ ਕੇਤੇ ਬ੍ਰਹਮਾ ਮੁਖ ਚਾਰ ਵੱਡਾ ਤੇਰਾ ਦਰਬਾਰ ਕੋਟ 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 ਲੱਖ ਦਾਵੇਂ ਇੱਕ ਤਿਲ ਤਾਂ ਕਾ ਮੈਲ ਨ ਪਾਵੇ ਕੋਟ 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 ਲੱਖ ਧਾਵੇ ਕੇਤੇ ਇੰਦਰ ਦੁਆਰ ਕੇਤੇ ਬ੍ਰਹਮਾ ਮੁਖ ਚਾਰ ਕੇਤੇ ਕ੍ਰਿਸ਼ਨਾ ਅਵਤਾਰ ਕੇਤੇ ਰਾਮ ਕਹੀਅਤ ਹੈ
ਕੇਤੇ ਸਸਰਾਸੀ ਕੇਤੇ ਸੂਰਜ ਪ੍ਰਕਾਸੀ ਕੇਤੇ ਮੁੰਡਿਆ ਉਦਾਸੀ ਜੋਗ ਧਿਆਨ ਦਹੀਅਤ ਹੈ ਕੇਤੇ ਮਹਾਦੀਨ ਕੇਤੇ ਬਿਆਸ ਸੇ ਪ੍ਰਵੀਨ ਕੇਤੇ ਕੁਮੇਰ ਕੁਲੀਨ ਕੇਤੇ ਜਚ ਕਈਅਤ ਹੈ ਕਰਤ ਹੈ ਵਿਚਾਰ ਪੈਨ ਪੂਰਨ ਕੋ ਪਾਵੇ ਪਾਰ ਤਾਹੀ ਤੇ ਅਪਾਰ ਨਿਰਾਧਾਰ ਲਈਅਤ ਹੈ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਸ਼ਾਹ ਪਾਤਸ਼ਾਹ ਨੇ ਚਲ ਚਾਰ ਛੱਤ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਸ਼ਾਹ ਪਾਤਸ਼ਾਹ ਨੇ ਚਲ ਚਾਰ ਛੱਤ ਵੱਡਾ ਤੇਰਾ ਦਰਬਾਰ ਸਿੰਧ ਵਿੱਚ ਇੱਕ ਮਹਾਂਪੁਰਖ ਹੋਏ ਹਨ ਜਿਨ੍ਹਾਂ ਦਾ ਨਾਂ ਸੰਤ ਬਾਬਾ ਥਾਇਰਿਆ ਸਿੰਘ ਹੋਇਆ ਕਹਿੰਦੇ ਮਹਾਂਪੁਰਖ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਕਰਦੇ ਲਾਜ਼ਮੀ ਜਿਹੜਾ ਗੁਰੂ ਦੀ ਪੂਜਾ ਕਰੇਗਾ ਦੁਨੀਆਂ ਉਹਦੀ ਪੂਜਾ ਕਰੇਗੀ ਜਨ ਨਾਨਕ ਸਤਿਗੁਰ ਪੂਜਿਆ ਤਿੰਨ ਹਰ ਪੂਜ ਕਰਾਵਾ ਵੱਡੇ ਦਰਬਾਰ ਦੀ ਗੱਲ ਕਰਨ ਲੱਗਾ ਕਹਿੰਦੇ ਨੇ ਉਹ ਜਿਹੜਾ ਬਾਵਾ ਸੀ ਜਿਹੜਾ ਪ੍ਰਬੰਧਕ ਸੀ ਉਹਨੇ ਵੇਖਿਆ ਬਈ ਇਸ ਸੰਤ ਦੀ ਦੁਨੀਆਂ ਬੜੀ ਗੱਲ ਮੰਨਣ ਲੱਗ ਪਈ ਏ ਉਹਨੇ ਉਹਨੂੰ ਕੱਢ ਦਿੱਤਾ ਕਹਿੰਦੇ ਨੇ ਇਹ ਮਹਾਂਪੁਰਖ ਇਹਨਾਂ ਨੇ ਡੇਰਾ ਜਾ ਲਾਇਆ ਮੁਸਾਫਰਖਾਨੇ ਵਿੱਚ ਕੋਲ ਕੁਝ ਨਹੀਂ ਤਿੰਨ ਕੱਪੜੇ ਨੇ ਘਰਵਾਲੀ ਹੈ ਨਾਲ ਉਹਨੂੰ ਵੀ ਤਿੰਨ ਕੱਪੜੇ ਨੇ ਕਹਿੰਦੇ ਨੇ ਇਹਨੇ ਨੂੰ ਇੱਕ ਮੰਗਤੀ ਆ ਗਈ ਕਹਿਣ ਲੱਗੀ ਵੇ ਥਾਇਰਿਆ ਉਹਦਾ ਨਾਂ ਥਾਇਰਿਆ ਸਿੰਘ ਸੀ ਵੇ ਥਾਇਰਿਆ ਮੈਂ ਨੰਗੀ ਹੋ ਰਹੀ ਹਾਂ ਵਾਸਤਾ ਹੈ ਤੈਨੂੰ ਰੱਬ ਦਾ ਮੈਨੂੰ ਟੱਕ ਮੈਨੂੰ ਨੰਗੀ ਨੂੰ ਟੱਕ ਕੱਜ ਦੇ ਕੱਪੜਾ ਨਹੀਂ ਸੰਤਾਂ ਨੇ ਆਪਣੀ ਸਿੰਘਣੀ ਵੱਲ ਵੇਖਿਆ ਆਖਣ ਲੱਗੇ ਦੇ ਦੇ ਕੱਪੜੇ ਕਹਿਣ ਲੱਗੀ ਵੇਖੋ ਤਾਂ ਸਹੀ ਹੈਨ ਮੇਰੇ ਕੋਲ ਕੁੱਲ ਤਿੰਨ ਕੱਪੜੇ ਮੈਂ ਨੰਗੀ ਹੋ ਜਾਵਾਂਗੀ ਸੰਤ ਕਹਿਣ ਲੱਗੇ ਅੱਜ ਮੇਰੇ ਰੱਬ ਨੂੰ ਵੀ ਪਰਖ ਕੇ ਵੇਖ ਕਦੀ ਮਾਲਕ ਨੂੰ ਵੀ ਪਰਖਿਆ ਕਰ ਉਸਨੇ ਰੱਬ ਦਾ ਵਾਸਤਾ ਪਾਇਆ
ਗੁਰੂ ਦਾ ਵਾਸਤਾ ਪਾਇਆ ਕੋਈ ਨਹੀਂ, ਚੁੰਨੀ ਬੰਨ ਲੈ, ਦੋ ਕੱਪੜੇ ਦੇ ਦੇ, ਆਗਿਆਕਾਰ ਸੀ ਦੇ ਦਿੱਤੇ। ਇਹਨੇ ਨੂੰ ਇੱਕ ਸਿੱਖ ਦੌੜਦਾ ਆਇਆ, ਥੋੜੀ ਦੇਰ ਬਾਅਦ ਹੀ ਅੱਗੇ ਰਿਵਾਜ ਹੁੰਦਾ ਸੀ ਬਈ ਆਟਾ ਚੀਨੀ ਤੇ ਘਿਓ ਇਹ ਕੱਚੀ ਰਸਦ ਲਿਆ ਕੇ ਗੁਰਦੁਆਰੇ ਦਿੰਦੇ ਸਨ। ਪੁਰਾਣੇ ਸਮਿਆਂ ਵਿੱਚ ਇਹ ਰਿਵਾਜ ਹੁੰਦਾ ਸੀ ਤੇ ਉੱਤੇ ਕੁਛ ਨਾ ਕੁਛ ਭੇਟਾ ਰੱਖੀ ਹੁੰਦੀ ਸੀ। ਇੱਕ ਸਿੱਖ ਦੌੜਿਆ ਹੋਇਆ ਆਇਆ, ਉਹ ਥਾਲੀ ਜਿਹਦੇ ਵਿੱਚ ਆਟਾ ਵੀ ਪਿਆ ਹੋਇਆ, ਚੀਨੀ ਵੀ ਪਈ ਹੋਈ, ਉੱਤੇ ਘਿਓ ਵੀ ਕਟੋਰੇ ਦੇ ਵਿੱਚ ਪਿਆ ਹੋਇਆ ਤੇ ਉੱਤੇ ਤਿੰਨ ਕੱਪੜੇ ਰੱਖੇ ਹੋਏ, ਆ ਕੇ ਮੱਥਾ ਟੇਕਿਆ, ਕਹਿਣ ਲੱਗੇ ਮਹਾਂਪੁਰਸ਼ੋ ਮੈਂ ਤੁਹਾਡੇ ਲਈ ਲਿਆਇਆ। ਸੰਤ ਕਹਿਣ ਲੱਗੇ ਇਹ ਗੁਰਦੁਆਰੇ ਦੀ ਚੀਜ਼ ਹੈ, ਇਹ ਇਸ ਦੇ ਉੱਤੇ ਮੇਰਾ ਹੱਕ ਨਹੀਂ, ਤੂੰ ਗੁਰਦੁਆਰੇ ਲੈ ਜਾ, ਇਕੜਾ ਪ੍ਰਸ਼ਾਦ ਉੱਥੇ ਬਣਦਾ, ਇਹ ਕੱਪੜੇ ਵੀ ਉੱਥੇ ਭੇਟ ਕਰਦੇ। ਪਤਾ ਉਹ ਸਿੱਖ ਨੇ ਕੀ ਆਖਿਆ? ਕਹਿਣ ਲੱਗੇ ਭਾਈ ਥਾਇਰਿਆ, ਮੈਂ ਗੁਰਦੁਆਰਾ ਤੱਕਿਆ ਤੇਰੇ ਦਿਲ ਦੇ ਵਿੱਚ, ਤੇਰੇ ਹਿਰਦੇ ਵਿੱਚ ਗੁਰੂ ਨੂੰ ਤੱਕਿਆ, ਜਿਸ ਹਿਰਦੇ ਵਿੱਚ ਗੁਰੂ ਬੈਠਾ ਹੋਵੇ ਅਸਲੀ ਗੁਰਦੁਆਰਾ ਉਹ। ਇਹ ਠੀਕ ਹੈ, ਜਿੱਥੇ ਪ੍ਰਕਾਸ਼ ਹੁੰਦਾ ਉਹ ਵੀ ਗੁਰਦੁਆਰਾ ਹੈ, ਪਰ ਅਸਲੀ ਗੁਰਦੁਆਰਾ ਉਹ ਹੈ। ਇਸ ਲਈ ਕਿਸੇ ਸਿਆਣੇ ਨੇ ਆਖਿਆ, ਐ ਸਿੱਖ ਤੂੰ ਇਤਨਾ ਨੇਕ ਬਣ ਜਾ ਕਿ ਚੱਲਦਾ ਫਿਰਦਾ ਗੁਰਦੁਆਰਾ ਦੁਨੀਆਂ ਨੂੰ ਦਿਸ ਪਵੇ ਕਿ ਗੁਰਦੁਆਰਾ ਕਿਹੋ ਜਿਹਾ ਹੁੰਦਾ, ਸਿੱਖ ਕਿਹੋ ਜਿਹਾ ਹੁੰਦਾ, ਤੇਰੇ ਹਿਰਦੇ ਵਿੱਚ ਗੁਰੂ ਦਾ ਦੁਆਰਾ ਬਣਿਆ ਹੋਵੇ। ਕਿਉਂਕਿ ਅੱਜ ਸਿੱਖ ਨੇ ਅੰਮ੍ਰਿਤ ਛਕਿਆ, ਅੰਮ੍ਰਿਤ ਛਕ ਲੈਣਾ ਹੋਰ ਗੱਲ ਹੈ। ਪਰਸੋਂ ਅਸੀਂ ਗੁਰਮੁਖ ਪਿਆਰੇ ਫੌਜਾ ਸਿੰਘ ਨੂੰ ਮਿਲ ਆਏ, ਗੁਰੂ ਦੀ ਕਰਨੀ ਨਾਲ ਉਸਨੂੰ ਕੈਦ ਹੋ ਗਈ ਹੈ, ਬਿਰਤੀ ਇਹੋ ਜਿਹੀ ਨਹੀਂ। ਕਿਉਂਕਿ ਮੈਂ ਜੋ ਗੁਰੂ ਕੇ ਦਰਬਾਰ ਬੋਲਦਾ ਠੀਕ ਹੀ, ਕੋਸ਼ਿਸ਼ ਕਰੀਦੀ ਹੈ ਕੋਈ ਗਲਤ ਅੱਖਰ ਨਾ ਬੋਲਿਆ ਜਾਵੇ, ਪਰ ਉਸ ਗੁਰਮੁਖ ਦੀ ਜੋ ਬਿਰਤੀ ਵੇਖੀ ਉਸਨੇ ਵੀ ਇਹੀ ਅੱਖਰ ਆਖੇ। ਅੰਮ੍ਰਿਤ ਛਕ ਲੈਣਾ ਹੋਰ ਗੱਲ ਹੈ, ਅੰਮ੍ਰਿਤ ਦੇ ਉੱਤੇ ਤੁਰਨਾ ਹੋਰ ਗੱਲ ਹੈ। ਵਿਆਹ ਪੜਾ ਲੈਣਾ, ਸ਼ਾਦੀ ਕਰਾ ਲੈਣੀ ਹੋਰ ਗੱਲ ਹੈ, ਲੇਕਿਨ ਸਾਰੀ ਉਮਰ ਨਿਭਾਉਣੀ ਉਹ ਕੋਈ ਹੋਰ ਗੱਲ ਹੈ। ਤੋ ਗੁਰੂ ਕੀ ਸਾਧ ਸੰਗਤ, ਉਸਨੇ ਜੋ ਅੱਖਰ ਆਖੇ, ਕਹਿਣ ਲੱਗਾ ਮੈਂ ਗੁਰਦੁਆਰਾ ਤੁਹਾਡੇ ਹਿਰਦੇ ਵਿੱਚ ਵੇਖਿਆ, ਦਿਲ ਵਿੱਚ ਵੇਖਿਆ, ਗੁਰੂ ਇੱਥੇ ਬੈਠਾ, ਜਿਸ ਦਿਲ ਵਿੱਚ ਗੁਰੂ ਬੈਠਾ ਹੋਵੇ ਉਹ ਗੁਰਦੁਆਰਾ ਹੈ। ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ, ਜਿੱਥੇ ਮੇਰਾ ਗੁਰੂ ਧਰੇ ਵਿਖਾ, ਜਿੱਥੇ ਮੇਰੇ ਗੁਰੂ ਦੇ ਚਰਨ ਨੇ, ਧਨ ਹੈ ਉਹ ਸਥਾਨ, ਧਨ ਹੈ ਉਹ ਥਾਂ
ਥਨ ਹੈ ਉਹ ਜਗ੍ਹਾ। ਸ਼ਾਇਦ ਐਸੇ ਲਈ ਪਾਤਸ਼ਾਹ ਨੇ ਆਖਿਆ, ਸਿੱਖ ਤੂੰ ਹਿਰਦਾ ਇਤਨਾ ਪਵਿੱਤਰ ਕਰ, ਉਹ ਬਹੁਤ ਵੱਡਾ ਦਰਬਾਰ ਬਣ ਜਾਏ। ਹਜ਼ੂਰ ਬਚਨ ਆਖਦੇ ਨੇ, ਵੱਡਾ ਤੇਰਾ ਦਰਬਾਰ ਸੱਚਾ ਦੁੱਧ ਤਖਤ, ਸਿਰਸ਼ਾਹ ਪਾਤਸ਼ਾਹ ਬੇਚਲ ਚੌਰ ਛੱਤ, ਵੱਡਾ ਤੇਰਾ ਦਰਬਾਰ ਸੱਚਾ ਦੁੱਧ ਤਖਤ, ਸਿਰਸ਼ਾਹ ਪਾਤਸ਼ਾਹ ਕਾਰਨ ਕਰਨ ਕਰੀਮ ਕੁਦਰਤ ਤੇਰੀ ਹੈ, ਕਾਰਨ ਕਰਨ ਕਰੀਮ ਕੁਦਰਤ ਤੇਰੀ ਹੈ, ਵੱਡਾ ਤੇਰਾ ਦਰਬਾਰ ਸੱਚਾ ਤੇਰਾ।